ਕਨੈਕਟ نیوز ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਬੀਤੇ ਕੱਲ ਜਿੱਦਾਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਭਾਰਤ ਦੀ ਇਲੈਕਸ਼ਨ ਕਮਿਸ਼ਨ ਨੇ ਉਹ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਈ ਜੋ ਸਟੇਟ ਬੈਂਕ ਆਫ ਇੰਡੀਆ ਨੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਉਹਨਾਂ ਨੂੰ ਮੁਹੱਈਆ ਕਰਵਾਈ ਸੀ ਕਿ ਕਿਹੜੇ ਕਿਹੜੇ ਵਿਅਕਤੀ ਨੇ ਕਿਸ ਕੰਪਨੀ ਨੇ ਕਿਸ ਕਾਰਪੋਰੇਟ ਘਰਾਣੇ ਨੇ ਕਿਹੜੇ ਵਪਾਰੀ ਨੇ ਕਿਸ ਪੋਲੀਟਿਕਲ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਕਿੰਨੇ ਪੈਸੇ ਦਿੱਤੇ ਜਿਸ ਤਰ੍ਹਾਂ ਇਹ ਜਾਣਕਾਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਆਉਂਦੀ ਆ ਭਾਰਤ ਦੀ ਰਾਜਨੀਤੀ ਦੇ ਵਿੱਚ ਪੁਚਾਲਾ ਜਾਂਦਾ ਐਨੀ ਇੱਕ ਹਲਚਲ ਆਉਂਦੀ ਆ ਕਿਉਂਕਿ ਇਹਨਾਂ ਚੰਦਿਆਂ ਨੂੰ ਦੇਣ ਵਾਲਾ ਜਿਹੜਾ ਸਭ ਤੋਂ ਵੱਧ ਵਿਅਕਤੀ ਹੈ ਜਿਹਨੇ ਸਭ ਤੋਂ ਵੱਧ ਚੰਦੇ ਦਿੱਤੇ ਆ ਉਹਦੇ ਵਿੱਚ ਸਭ ਤੋਂ ਨਾਂ ਉੱਪਰ ਆ ਉਸ ਵਿਅਕਤੀ ਦਾ ਜਿਹੜਾ ਪੂਰੇ ਭਾਰਤ ਨੂੰ ਸੱਟਾ ਖੜਾਉਂਦਾ ਜਾਂ ਪੂਰੇ ਭਾਰਤ ਦੇ ਵਿੱਚ ਲੋਟਰੀ ਦਾ ਬਿਜ਼ਨਸ ਕਰਦਾ ਔਰ ਨਾਮ ਹੈ ਇਹਦਾ ਸੈਂਟੀਆਗੋ ਮਾਰਟਿਨ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਨਾਂ ਵੱਖਰਾ ਜਿਹਾ ਲੱਗਦਾ ਹੋਵੇ ਇਸ ਕਰਕੇ ਮੈਂ ਤੁਹਾਨੂੰ ਨਾਮ ਫੇਰ ਦੱਸ ਦਿੰਦਾ ਕਿਉਂਕਿ ਜਦੋਂ ਅੱਗੇ ਚੱਲਾਂਗੇ ਇਹਦਾ ਨਾਮ ਬਾਰ-ਬਾਰ ਆਊਗਾ ਸੈਂਟੀਆਗੋ ਮਾਰਟਿਨ ਇਹ ਸੈਂਟੀਆਗੋ ਮਾਰਟਿਨ 1980 ਦੇ ਦਹਾਕੇ ਦੇ ਵਿੱਚ ਇੱਥੇ ਆਉਂਦਾ ਯਾਨੀ ਕਿ ਭਾਰਤ ਆਉਂਦਾ ਔਰ 90 ਦੇ ਦਹਾਕੇ ਵਿੱਚ 1991 ਦੇ ਵਿੱਚ ਇਹ ਆਪਣਾ ਲੋਟਰੀ ਦਾ ਬਿਜ਼ਨਸ ਸਟੈਬਲਿਸ਼ ਕਰਦਾ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਸਾਰੇ ਖੁਲਾਸੇ ਕਰੂੰਗਾ ਪਰ ਇੱਕ ਖੁਲਾਸਾ ਮੈਂ ਤੁਹਾਨੂੰ ਅੱਜ ਹੋਰ ਕਰਨਾ ਇਸੇ ਵਿਅਕਤੀ ਕਰਕੇ ਪੰਜਾਬ ਦੇ ਵਿੱਚ ਵੀ ਲੋਟਰੀ ਦਾ ਬਿਜ਼ਨਸ ਤਬਾਹ ਹੋ ਗਿਆ ਜੇ ਇਹ ਵਿਅਕਤੀ ਪੰਜਾਬ ਦੀ ਲੋਟਰੀ ਨੂੰ ਕੰਟਰੋਲ ਨਾ ਕਰਦਾ ਹੁੰਦਾ ਤੇ ਪੰਜਾਬ ਨੂੰ ਘੱਟੋ-ਘੱਟ 900 ਤੋਂ ਲੈ ਕੇ 1000 ਕਰੋੜ ਰੁਪਏ ਦਾ ਮਾਲੀਆ ਆਉਣਾ ਸੀ ਜਿਹੜਾ ਇਸ ਵਿਅਕਤੀ ਨੇ ਆਪਣੀ ਮੋਨੋਪੋਲੀ ਕਾਇਮ ਕਰਕੇ ਔਰ ਵੱਖਰੀਆਂ ਵੱਖਰੀਆਂ ਪੰਜਾਬ ਦੀਆਂ ਸਰਕਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖ ਕੇ ਇਹਨੇ ਸਾਰੇ ਦਾ ਸਾਰਾ ਮਾਲੀਆ ਤਬਾਹ ਕਰਤਾ ਇਸ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਇਸ ਵਿਅਕਤੀ ਦੀ ਪਹਿਲਾ ਆਪਣਾ ਕੰਪਨੀ ਦੇਖੀ ਕਿ ਇਸ ਕੰਪਨੀ ਦਾ ਨਾਂ ਕੀ ਆ ਇਹਨੇ ਆਪਣੀ ਕੰਪਨੀ ਦਾ ਨਾਂ ਰੱਖਿਆ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ private limited future gaming ਦੇ ਨਾਮ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ ਇਸ ਕੰਪਨੀ ਦਾ ਨਾਮ ਰੱਖ ਕੇ ਹੁਣ ਇਹ 10 ਸੂਬਿਆਂ ਦੇ ਵਿੱਚ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਅਸਾਮ ਤੋਂ ਲੈ ਕੇ ਗੋਆ ਤੋਂ ਲੈ ਕੇ ਕੇਰਲ ਤੋਂ ਲੈ ਕੇ ਮੱਧ ਪ੍ਰਦੇਸ਼ ਤੋਂ ਲੈ ਕੇ ਮਹਾਰਾਸ਼ਟra ਤੋਂ ਲੈ ਕੇ ਮਨੀਪੁਰ ਤੁਸੀਂ ਗਿਣਦੇ ਜਾਓ ਸਾਰੇ ਸੂਬਿਆਂ ਦੇ ਵਿੱਚ ਲੋਟਰੀ ਉੱਤੇ ਇਹੀ ਵਿਅਕਤੀ ਕੰਟਰੋਲ ਕਰਦਾ ਔਰ ਤੁਸੀਂ ਦੇਖੋ ਅੱਜ ਕੱਲ ਦੀ ਤਰੀਕ ਦੇ ਵਿੱਚ ਦੱਸਿਆ ਜਾਂਦਾ ਕਹਿੰਦੇ ਇਹਦੇ 1000 ਤੋਂ ਵੀ ਵੱਧ ਕਰਮਚਾਰੀ ਨੇ EMPLOYEES ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਸ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ED ਨੇ ਰੇਡਸ ਮਾਰੀਆਂ ਸੀ ਇਸ ਤੋਂ ਕਈ ਤਰ੍ਹਾਂ ਦੀ ਸੰਪਤੀ ਵੀ ਬਰਾਮਦ ਕੀਤੀ ਸੀ ਬਲਕਿ ਬਾਅਦ ਦੇ ਵਿੱਚ 400 ਕਰੋੜ ਤੋਂ ਵੀ ਵੱਧ ਦੀ ਇਹਦੀ ਸੰਪਤੀ ਨੂੰ ਅਟੈਚ ਕਰਤਾ ਸੀ ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਵਿਅਕਤੀ ਮਨੀ ਲਾਂਡਰਿੰਗ ਕਰਦਾ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਕਮਾਉਂਦਾ ਲੇਕਿਨ ਉਸ ਤੋਂ ਬਾਅਦ ਇਹੀ ਵਿਅਕਤੀ ਪੋਲੀਟੀਕਲ ਪਾਰਟੀਆਂ ਨੂੰ ਸਨ 2019 ਤੋਂ ਲੈ ਕੇ ਸਨ 2024 ਤੱਕ ਮੌਜੂਦਾ ਦੌਰ ਤੱਕ ਅੱਜ ਅਸੀਂ ਸਨ 2024 ਚ ਹੁਣ ਤੱਕ ਇਹ ਪੋਲੀਟੀਕਲ ਪਾਰਟੀਆਂ ਨੂੰ ਲਗਾਤਾਰ ਚੰਦੇ ਦੇ ਰਿਹਾ ਔਰ ਇਸ ਨੇ 1394 ਕਰੋੜ ਦਾ ਚੰਦਾ ਆਲਰੇਡੀ ਦੇ ਚੁੱਕਾ ਜੋ ਹਜੇ ਤੱਕ ਸਾਡੇ ਕੋਲੇ ਖੁਲਾਸੇ ਹੋਏ ਨੇ ਔਰ ਹਜੇ 2 ਸੈਟ ਆਏ ਨੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੈਟ ਆਉਣ ਸੋ ਇਹ ਪਤਾ ਲੱਗਾ ਕਿ ਇਹਨੇ ਤਾਂ ਪੋਲਿਟਿਕਲ ਪਾਰਟੀਆਂ ਨੂੰ ਚੰਦਾ ਦੇ ਕੇ ਹੋ ਸਕਦਾ ਜਿਹੜੀ ਈਡੀਸੀ ਉਚੋਪੀ ਕਰ ਗਈ ਹੋਵੇ ਹੁੰਦਾ ਤਾਂ ਇਹ ਆ ਕਿ ਜਦੋਂ ਤੁਸੀਂ ਕਿਸੇ ਤੇ ਰੇਡ ਮਾਰੋ ਤੁਹਾਨੂੰ ਲੱਗੇ ਕਿ ਕੋਈ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਮਨੀ ਲਾਂਡਰਿੰਗ ਕਰ ਰਿਹਾ ਜਾਂ ਪੈਸਾ ਕਮਾ ਰਿਹਾ ਕਾਲਾ ਧਨ ਇਕੱਠਾ ਕਰ ਰਿਹਾ ਤੇ ਉਸ ਧਨ ਨੂੰ ਇਕੱਠਾ ਕਰਕੇ ਜਾਂ ਜ਼ਬਤ ਕਰਕੇ ਈਡੀ ਨੂੰ ਜਾਂ ਕਿਸੇ ਵੀ ਜਾਂਚ ਏਜੰਸੀ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਪਾਉਣਾ ਚਾਹੀਦਾ ਸੀ ਪਰ ਇੱਥੇ ਕੀ ਹੋਇਆ ਇਸ ਵਿਅਕਤੀ ਨੇ ਲੱਗਦਾ ਜਿਵੇਂ ਪੋਲਿਟੀਕਲ ਪਾਰਟੀਆਂ ਨੂੰ ਖਰੀਦ ਲਿਆ ਸੀ ਇਸ ਵਿਅਕਤੀ ਨੇ ਉਹਨਾਂ ਨੂੰ ਚੰਦੇ ਦੇਣੇ ਸ਼ੁਰੂ ਕਰਤੇ ਤੇ ਫਿਰ ਜਿਹੜੀ ਈਡੀ ਆ ਉਹ ਆਪਣੇ ਆਪ ਹੀ ਪਿੱਛੇ हट ਗਈ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਇਸ ਵਿਅਕਤੀ ਦੀ ਪੰਜਾਬ ਦੀ ਗੱਲ ਦੱਸਦਾ ਕਿ ਇਸ ਸੰਟਿਆਗੋ ਮਾਰਟਿਨ ਨੇ ਕਿਸ ਤਰ੍ਹਾਂ ਪੰਜਾਬ ਨੂੰ ਲਾਟਰੀ ਦੇ ਇਸ ਰੈਵਨਿਊ ਤੋਂ ਵਾਂਝਾ ਰੱਖਿਆ ਇਸ ਤੋਂ ਮਰਹੂਮ ਰੱਖਿਆ ਔਰ ਜਿੰਨਾ ਸਾਨੂੰ ਮਾਲੀਆ ਆਉਣਾ ਸੀ ਉਹਨਾਂ ਮਾਲੀਆ ਆਇਆ ਨਹੀਂ ਬਲਕਿ ਅੱਜ ਦੀ ਤਰੀਕ ਦੇ ਵਿੱਚ ਲਾਟਰੀ ਦੇ ਜ਼ਰੀਏ ਇਹੀ ਪੰਜਾਬ ਸਰਕਾਰ ਜਿਹੜੀ ਬੜੇ ਵੱਡੇ ਵੱਡੇ ਦਾਅਵੇ ਕਰਦੀ ਆ ਕੇਵਲ ਸਾਲਾਨਾ 30 ਕਰੋੜ ਰੁਪਇਆ ਕਮਾ ਰਹੀ ਆ ਕਿੱਥੇ ਇਸੇ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਟੋ-ਘੱਟ 900 ਕਰੋੜ ਤੋਂ ਲੈ ਕੇ 1000 ਕਰੋੜ ਦਾ ਮਾਲੀਆ ਕਮਾਉਣਾ ਸੀ ਕਾਰਨ ਕਿ ਬਣਿਆ ਮੈਂ ਥੋੜਾ ਜਿਹਾ ਇਹਦੇ ਬਾਰੇ ਇਹ ਵੀ ਦੱਸਦਾ ਕਿ ਇਹ ਜਿਹੜਾ ਸੈਂਟੀਆਗੋ ਮਾਰਟੀਨਾ ਇਹਦਾ ਇੱਕ ਵੱਡਾ ਮੁੰਡਾ ਚਾਰਲਸ ਚਾਰਲਸ ਨਾਮ ਦਾ ਇਹਦੇ ਵੱਡੇ ਮੁੰਡੇ ਨੇ ਸਨ 2015 ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਜੁਆਇਨ ਕਰ ਲਈ ਸੀ ਸੋ ਤੁਸੀਂ ਥੋੜਾ ਬਹੁਤਾ ਲਿੰਕ ਸਮਝ ਵੀ ਸਕਦੇ ਹੋ ਹੁਣ ਉਹਨੇ ਆ ਪੰਜਾਬ ਦੀ ਲੋਟਰੀ ਤੇ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਪੰਜਾਬ ਦੀ ਲੋਟਰੀ ਆ ਉਹਦੇ ਵਿੱਚ ਇਸ ਵਿਅਕਤੀ ਨੇ ਕਿਸ ਹੱਦ ਤੱਕ ਕੰਟਰੋਲ ਕੀਤਾ ਹੋਇਆ ਤੁਸੀਂ ਇਸ ਗੱਲ ਤੋਂ ਸਮਝੋ ਕਿ ਇਸ ਵਿਅਕਤੀ ਨੇ ਆਪਣੀਆਂ ਕੰਪਨੀਆਂ ਲਿਆ ਲਿਆ ਕੇ ਸਾਰੀ ਦੀ ਸਾਰੀ ਲੋਟਰੀ ਨੂੰ ਆਪ ਹੀ ਕੰਟਰੋਲ ਕਰ ਲਿਆ ਸੈਂਟੀਆਗੋ ਮਾਰਟਿਨ ਪੰਜਾਬ ਦੇ ਵਿੱਚ ਪਿਛਲੇ 20-25 ਸਾਲ ਤੋਂ ਐਕਟਿਵ ਆ ਔਰ ਇੱਥੋਂ ਦੀ ਲੋਟਰੀ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਰਿਹਾ ਔਰ ਵੱਖੀਆਂ-ਵੱਖਣੀਆਂ ਸਰਕਾਰਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਲਿਆ ਉਹ ਮੈਂ ਤੁਹਾਨੂੰ ਦੱਸੂਗਾ 10 ਸਾਲ ਤੋਂ ਇਹ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਲਾਟਰੀਆ ਔਰ ਜਿਹੜੀਆਂ ਸਟੇਟਸ ਦਾ ਮੈਂ ਤੁਹਾਨੂੰ ਨਾ ਦੱਸਿਆ ਉੱਥੇ ਪੂਰੀ ਤਰ੍ਹਾਂ ਇਹੀ ਕੰਟਰੋਲ ਕਰਦਾ ਹੁਣ ਤੁਸੀਂ ਦੇਖੋ ਟੈਂਡਰ ਵੀ ਜਦੋਂ ਪੰਜਾਬ ਸਰਕਾਰ ਨੇ ਕੱਢੇ ਉਹਨਾਂ ਟੈਂਡਰਸ ਨੂੰ ਇਸ ਤਰ੍ਹਾਂ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਸੈਂਟੀਆਗੋ ਮਾਰਟੀਨੇ ਆਪ ਕੋਲੇ ਬੈਠ ਕੇ ਪੰਜਾਬ ਸਰਕਾਰ ਦੀ ਪਾਲਿਸੀ ਵੀ ਤੈਅ ਕੀਤੀ ਹੋਵੇ ਇਹਨਾਂ ਨੂੰ ਦੱਸਿਆ ਹੋਵੇ ਕਿ ਤੁਸੀਂ ਟੈਂਡਰ ਕਿਸ ਤਰ੍ਹਾਂ ਦੇ ਬਣਾਓ ਦੋ ਸ਼ਰਤਾਂ ਉਹਦੇ ਵਿੱਚ ਰੱਖ ਦਿੱਤੀਆਂ ਗਈਆਂ ਇਹਦੇ ਅਨਸਾਰ ਔਰ ਉਹ ਸ਼ਰਤਾਂ ਕੀ ਸੀ ਕਹਿੰਦੇ ਕਿ ਜੇ ਕੋਈ ਵਿਅਕਤੀ ਲੋਟਰੀ ਦੇ ਵਿੱਚ ਆਊਗਾ ਜਾਂ ਟੈਂਡਰ ਲਾਊਗਾ ਤੇ ਉਹਦੀ ਘੱਟੋ ਘੱਟ ਸਾਲਾਨਾ ਜਿਹੜੀ ਟਰਨਓਵਰ ਆ 1000 ਕਰੋੜ ਦੀ ਹੋਊਗੀ ਤੇ ਜਿਹੜਾ ਜੁਆਇੰਟ ਵੈਂਚਰ ਆ ਉਸ ਨੂੰ ਇਹਨਾਂ ਨੇ ਛੂਟ ਨਹੀਂ ਦਿੱਤੀ ਜਦੋਂ ਕੁਝ ਮਿਲ ਕੇ ਲੋਕ ਕੋਈ ਨਾ ਕੋਈ ਧੰਦਾ ਕਰਦੇ ਆ ਕੋਈ ਬਿਜ਼ਨਸ ਕਰਦੇ ਆ ਉਹ ਜੁਆਇੰਟ ਵੈਂਚਰ ਆਪਾਂ ਉਹਨੂੰ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ ਪਰ ਇਹਦੇ ਕਰਕੇ ਕੇਵਲ 1000 ਕਰੋੜ ਦਾ ਰੁਪਇਆ ਇਸ ਕਰਕੇ ਰੱਖਿਆ ਗਿਆ ਜਾਂ ਜਿਹੜੀ ਇਹਨਾਂ ਨੇ ਟਰਨਓਵਰ ਇਸ ਕਰਕੇ ਰੱਖੀ ਕਿਉਂਕਿ ਇਹਦੇ ਕੋਲ ਪੈਸਾ ਬਹੁਤ ਸੀ ਔਰ ਜਿਹੜੇ ਛੋਟੇ ਖਿਡਾਰੀ ਸੀ ਛੋਟੇ ਵਪਾਰੀ ਸੀ ਉਹ ਇਸ ਤੋਂ ਵਾਂਝੇ ਰਹਿ ਜਾਣ ਜਾਂ ਦੂਰ ਰਹਿ ਜਾਣ ਦੇਖੋ ਇਹ ਕਿੱਡੀ ਖਤਰਨਾਕ ਕੰਡੀਸ਼ਨ ਸੀ ਅਗਲੀ ਕੰਡੀਸ਼ਨ ਨੇ ਕੀ ਸੀ ਕਿ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਉਸ ਬਿਜ਼ਨਸ ਦੇ ਵਿੱਚ ਅਮੂਮਨ ਕੀ ਹੁੰਦਾ ਕਿ ਤੁਸੀਂ 5% ਦੀ ਜਮ੍ਹਾਂ ਕਰਾ ਦਿਓ ਤੁਸੀਂ 2% ਦੀ ਜਮ੍ਹਾਂ ਕਰਾ ਦਿਓ ਜਾਂ 3% ਦੀ ਜਮ੍ਹਾਂ ਕਰਾ ਦਿਓ ਪਰ ਇਸ ਨੇ ਕੰਡੀਸ਼ਨ ਇਹ ਰਖਾ ਲਈ ਸੀ ਪੰਜਾਬ ਸਰਕਾਰ ਨਾਲ ਮਿਲ ਕੇ ਕਿ ਤੁਸੀਂ 90% ਦੀ ਰੱਖੋ ਯਾਨੀ ਕਿ ਜੇ 45 ਕਰੋੜ ਦਾ ਬਿਜ਼ਨਸ ਆ ਤੇ 30 ਕਰੋੜ ਤੁਸੀਂ ਪਹਿਲੇ ਹੀ ਸਰਕਾਰ ਨੂੰ ਦੋ ਇਹ ਹਾਲਾਤ ਸੀ ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਜਿਹੜਾ ਛੋਟਾ ਪਲੇਅਰ ਆ ਲਾਟਰੀ ਦੇ ਵਿੱਚ ਉਹ ਤਾਂ ਦੂਰੀ ਹੋ ਗਿਆ ਇਹ ਐਵੇਂ ਨਹੀਂ ਜਾ ਕੇ ਪੋਲਿਟਿਕਲ ਪਾਰਟੀਆਂ ਨੂੰ ਐਡੇ ਵੱਡੇ ਵੱਡੇ ਚੰਦੇ ਦਿੰਦਾ ਰਿਹਾ ਅੱਜ ਤੁਸੀਂ ਕੋਈ ਅਖਬਾਰ ਚੱਕ ਲਓ ਸਾਰਿਆਂ ਤੇ ਇਸ ਵਿਅਕਤੀ ਦੀ ਫੋਟੋ ਆ ਤੇ ਫਿਰ ਪੰਜਾਬ ਸਰਕਾਰ ਨੇ ਇਹਦੀ ਤਹਿਕੀਕਾਤ ਕਿਉਂ ਨਹੀਂ ਕਰਵਾਈ ਅੱਗੇ ਆ ਜੋ ਇੱਥੇ ਪੰਜਾਬ ਦੇ ਵਿੱਚ ਇੱਕ ਡਾਇਰੈਕਟੋਰੇਟ ਆ ਡਾਇਰੈਕਟੋਰੇਟ ਆ ਫਾਈਨਾਂਸ ਦਾ ਡਾਇਰੈਕਟੋਰੇਟ ਆ ਲੋਟਰੀ ਦਾ 33 ਸੈਕਟਰ ਦੇ ਵਿੱਚ ਇਹਦਾ ਦਫ਼ਤਰ ਆ ਤੇ ਅਮਨਦੀਪ ਬੰਸਲ ਇਹਦੇ ਡਾਇਰੈਕਟਰ ਆ ਇੰਨਾ ਤੱਕ ਵੀ ਇਹ ਗੱਲ ਪਹਚਾਈ ਗਈ ਸੀ ਕਿ ਤੁਸੀਂ ਇਹ ਸਾਰੀਆਂ ਕੰਡੀਸ਼ਨਸ ਲਾ ਲਓ ਪਰ ਇਸ ਵਿਅਕਤੀ ਨੇ ਇਹ ਸਾਰੀਆਂ ਕੰਡੀਸ਼ਨਸ ਖਤਮ ਨਹੀਂ ਕੀਤੀਆਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਆਪ ਰਲਈ ਹੋਈ ਸੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਦਾ ਅੱਗੇ ਲੈ ਕੇ ਆਉਣਾ ਕਿ ਇਸ ਵਿਅਕਤੀ ਨੂੰ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ 65 ਕਰੋੜ ਦਾ ਬਿਜ਼ਨਸ ਸੀ 65 ਕਰੋੜ ਸਾਲਾਨਾ ਆਉਂਦਾ ਸੀ ਲੇਕਿਨ ਬਾਅਦ ਦੇ ਵਿੱਚ ਉਹੀ ਬਿਜ਼ਨਸ ਸੀ ਜਿਹੜਾ ਪੰਜਾਬ ਨੂੰ ਆਉਣਾ ਸੀ ਰੈਵਨਿਊ ਆਉਣਾ ਸੀ ਲਾਟਰੀਆਂ ਤੋਂ ਔਰ 30 ਕਰੋੜ ਰਹਿ ਗਿਆ business ਵਧਦਾ ਹੁੰਦਾ ਨਾ ਕਿ ਘਟਦਾ ਹੁੰਦਾ ਮੈਂ ਥੋੜਾ ਜਿਹਾ ਹੋਰ ਵੀ ਤੁਹਾਨੂੰ ਪਿੱਛੇ ਲੈ ਕੇ ਜਾਣਾ ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਰਹੇ ਨੇ ਔਰ ਫਾਈਨੈਂਸ ਮਿਨਿਸਟਰੀ ਹੀ ਪੰਜਾਬ ਦੀ ਇਸ ਲੋਟਰੀ business ਨੂੰ ਕੰਟਰੋਲ ਕਰਦੀ ਆ ਹੁਣ ਤੁਸੀਂ ਦੇਖੋ ਕਿ ਕਿਸੇ ਵਕਤ ਇਹਨਾਂ ਨੇ ਪ੍ਰੋਪੋਜ਼ਲ ਦਿੱਤਾ ਸੀ ਕਿ ਸਾਨੂੰ ਜਿਹੜਾ ਮਾਲੀਆ ਯਾ ਰੈਵਨਿਊ ਉਹ ਘਟੋ-ਘਟ 100 ਕਰੋੜ ਆਉਣਾ ਚਾਹੀਦਾ ਬਾਅਦ ਦੇ ਵਿੱਚ ਉਹਨੂੰ 65 ਕਰੋੜ ਕਰਤਾ ਤੇ ਬਾਅਦ ਦੇ ਵਿੱਚ ਕੇਵਲ ਤੇ ਕੇਵਲ 2 ਮਹੀਨਿਆਂ ਦੇ ਵਿੱਚ ਹੀ 30 ਕਰੋੜ ਕਰਤਾ ਇਹ ਕਿਹਦੇ ਕਹਿਣ ਤੇ ਕਰਤਾ ਮਾਲੀਆ ਤਾਂ ਵਾਧਾ ਹੁੰਦਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦਾ ਲੋਟਰੀ ਦੇ ਵਿੱਚ ਮਾਲੀਆ ਜੇ ਸਨ 2007-08 ਦੇ ਵਿੱਚ ਲਾ ਲਓ ਤਾਂ 150 ਤੋਂ ਲੈ ਕੇ 200 ਕਰੋੜ ਰੁਪਈਆ ਸੀ ਯਾਨੀ ਕਿ ਜੇ 200 ਕਰੋੜ ਸਨ 2008 ਦੇ ਵਿੱਚ ਸੀ ਤੇ ਅੱਜ ਸਨ 2023-24 ਦੇ ਵਿੱਚ ਤਾਂ ਸਾਨੂੰ ਘੱਟੋ ਘੱਟ 5-700 ਕਰੋੜ ਕਮਾਉਣਾ ਚਾਹੀਦਾ ਸੀ ਪਰ ਹੋਇਆ ਕਿ ਅਸੀਂ ਬੈਠੇ ਹਾਂ 30-35 ਕਰੋੜ ਤੇ ਇਹ ਕੀ ਦੇ ਕਹਿਣ ਤੇ ਹੋ ਰਿਹਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਬਲਕਿ ਮਾਰਚ ਸਨ 2023 ਦੀ ਗੱਲ ਆ ਮੀਟਿੰਗ ਚੱਲ ਰਹੀ ਸੀ ਹਰਪਾਲ ਸਿੰਘ ਚੀਮਾ ਇਸ ਸੂਬੇ ਦੇ ਫਾਈਨੈਂਸ ਮਿਨਿਸਟਰ ਨੇ ਇਹ ਮਹਿਕਮਾ ਵੀ ਇਹਨਾਂ ਦੇ ਅਧੀਨ ਨਹੀਂ ਆਉਂਦਾ ਇਸੇ ਤਰ੍ਹਾਂ ਤੁਹਾਨੂੰ ਮੈਂ ਇੱਕ ਹੋਰ ਬੜੀ ਅਹਿਮ ਜਾਣਕਾਰੀ ਦਿੰਦਾ ਸਨ 2023 ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਬੜੀ ਅਹਿਮ ਮੀਟਿੰਗ ਰੱਖੀ ਗਈ ਹਰਪਾਲ ਸਿੰਘ ਟੀਮਾ ਫਾਈਨੈਂਸ ਮਿਨਿਸਟਰ ਨੇ ਇਸ ਸੂਬੇ ਦੇ ਉਹਨਾਂ ਦੇ ਨਾਲ ਫਾਈਨੈਂਸ ਸਕੱਤਰ ਅਜੋਏ ਕੁਮਾਰ ਸਿਨਾਬੀਸੀ ਤੇ ਇਹੀ ਜਿਹੜਾ ਡਾਇਰੈਕਟੋਰੇਟ ਲੋਟਰੀ ਦਾ ਡਾਇਰੈਕਟਰ ਆ ਅਮਨਦੀਪ ਬਾਂਸਲ ਵੀ ਬੈਠਾ ਸੀ ਇਹਨਾਂ ਨੂੰ ਸਾਰਾ ਕੁਝ ਦੱਸਿਆ ਗਿਆ ਕਿ ਸਾਡਾ ਮਾਲੀਆ ਇੰਨਾ ਬਹੁਤ ਘਟਾ ਤੇ ਕਿਉਂ ਨਹੀਂ ਅਸੀਂ ਆਪਣੇ ਇਸ ਮਾਲੀਏ ਨੂੰ ਵਧਾਉਂਦੇ ਤੇ ਇਹਨਾਂ ਨੇ ਕਿਸੇ ਤਰ੍ਹਾਂ ਤੇ ਕੋਈ ਗੱਲ ਗੋਲੀ ਨਹੀਂ ਇਥੋਂ ਤੱਕ ਇਸ ਵਿਅਕਤੀ ਦਾ ਸੈਂਟੀਆਗੋ ਮਾਰਟਿਨ ਦਾ ਪ੍ਰਭਾਵ ਆ ਯਾਨੀ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਬਦਲਾਅ ਦੀ ਗੱਲ ਕਰਦੀ ਸੀ ਜਿਹੜੀ ਕਹਿੰਦੀ ਸੀ ਕਿ ਪਹਿਲਿਆਂ ਫਾਈਨੈਂਸ ਮਿਨਿਸਟਰਸ ਨੇ ਚਾਹੇ ਉਹ ਮਨਪ੍ਰੀਤ ਬਾਦਲ ਸੀ ਚਾਹੇ ਕੋਈ ਹੋਰ ਸੀ ਉਹਨਾਂ ਨੇ ਕੁਝ ਇਸ ਸੂਬੇ ਲਈ ਕੀਤਾ ਨਹੀਂ ਤੇ ਅਸੀਂ ਕਰਾਂਗੇ ਤੇ ਇਹ ਆਪ ਹੀ ਆ ਕੇ ਇਹੋ ਜਿਹੇ ਵਿਅਕਤੀਆਂ ਦੇ ਨਾਲ ਰਲ ਜਾਂਦੀ ਆ ਤੇ ਫਿਰ ਕਿੰਨੇ ਕੰਪਰੋਮਾਈਜ਼ਸ ਕਰ ਲੈਂਦੀ ਆ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਿੰਨਾ ਕਿ ਕੇਰਲ ਇੱਕ ਸੂਬਾ ਛੋਟੀ ਜੀ ਸਟੇਟ ਆ ਔਰ ਹੋ ਸਕਦਾ ਉਹਦੀ ਜਿਹੜੀ ਪਾਪੂਲੇਸ਼ਨ ਆ ਪੰਜਾਬ ਤੋਂ ਵੀ ਘੱਟ ਹੋਵੇ ਤੇ ਇੱਕ ਸਾਲ ਦਾ ਉਹ ਲੋਟਰੀ ਤੋਂ ਮਾਲੀਆ ਕਿਉਂਕਿ ਲੋਟਰੀ ਕੇਰਲ ਦੀ ਸਰਕਾਰ ਆਪ ਕੰਟਰੋਲ ਕਰਦੀ ਆ ਆਪ ਲੋਕਾਂ ਨੂੰ ਖਡਾਉਂਦੀ ਆ ਸਰਕਾਰ ਇਸ ਬਿਜ਼ਨਸ ਦੇ ਵਿੱਚ ਖੋਦਾ ਤੇ ਉਥੇ ਸਾਲਾਨਾ ਮਾਲੀਆ ਕੇਰਲ ਸਰਕਾਰ ਨੂੰ ਘੱਟੋ-ਘੱਟ 1740 ਕਰੋੜ ਦਾ ਆਉਂਦਾ 1740 ਕਰੋੜ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਸਨ 2021-22 ਦੇ ਵਿੱਚ ਇਸੇ ਕੇਰਲ ਨੇ ਇਸੇ ਕੇਰਲ ਦੇ ਸੂਬੇ ਨੇ 7000 ਤੋਂ ਵੀ ਵੱਧ ਦਾ ਮਾਲੀਆ ਕਮਾਇਆ ਜਦੋਂ ਉਹਨਾਂ ਨੇ 7745 ਕਰੋੜ ਰੁਪਏ ਕਮਾਇਆ ਸੀ ਸਾਲਾਨਾ ਮਾਲੀਆ ਸੋ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਬੈਠੇ ਕਿੱਥੇ ਆ ਵੈਸੇ ਇਸ ਦੇ ਖਿਲਾਫ ਇੱਕ ਕੰਪਨੀ ਆ ਬਾਲਾਜੀ ਜਿਹੜਾ ਲੋਟਰੀ ਦਾ ਬਿਜ਼ਨਸ ਕਰਦੀ ਆ ਔਰ ਉਹਨੂੰ ਅਰुण ਜੋਤ ਸਿੰਘ ਸੋਢੀ ਚਲਾਉਂਦੇ ਨੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਗਏ ਸੀ ਇੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਹਾਲਾਂਕਿ ਪੰਜਾਬ ਸਰਕਾਰ ਉੱਥੇ ਅਸ਼ੋਰੈਂਸ ਦਿੰਦੀ ਆ ਅੰਡਰਟੇਕਿੰਗ ਦਿੰਦੀ ਆ ਭਰੋਸਾ ਦਿੰਦੀ ਆ ਕਹਿੰਦੇ ਅਸੀਂ ਜੀ ਹੁਣ ਸਾਰਾ ਬਿਜ਼ਨਸ ਬਦਲ ਦਾਂਗੇ ਅਸੀਂ ਇਸ ਵਿਅਕਤੀ ਉੱਤੇ ਵੀ ਨਜ਼ਰ ਰੱਖਾਂਗੇ ਲੇਕਿਨ ਬਾਅਦ ਦੇ ਵਿੱਚ ਕੁਝ ਕੀਤਾ ਨਹੀਂ ਕਿਉਂਕਿ ਬਾਰ-ਬਾਰ ਏਸੇ ਵਿਅਕਤੀ ਨੂੰ ਸੈਂਟੀਆਗੋ ਮਾਰਟੀਨੂਈ ਠੇਕੇ ਮਿਲਦੇ ਰਹੇ ਤੇ ਅੱਜ ਵੀ ਪੰਜਾਬ ਦੀ ਲੋਟਰੀ ਇਹੀ ਕੰਟਰੋਲ ਕਰਦਾ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਲੋਟਰੀਆਂ ਚੱਲਦੀਆਂ ਹੁੰਦੀਆਂ ਸੀ ਕਦੇ ਕੋਈ ਰਖੜੀ ਬੰਪਰ ਆ ਜਾਂਦਾ ਸੀ ਵਿਸਾਖੀ ਦਾ ਬੰਪਰ ਆ ਜਾਂਦਾ ਸੀ ਲੋਹੜੀ ਦਾ ਆ ਜਾਂਦਾ ਸੀ ਦੀਵਾਲੀ ਦਾ ਆ ਜਾਂਦਾ ਸੀ ਤੇ ਅੱਜ ਕੱਲ ਜਿੰਨੇ ਆਉਂਦੇ ਨੇ ਉਹ ਸਾਰੇ ਦੇ ਸਾਰ ਡੀਅਰ ਅ ਲੋਟਰੀ ਦੇ ਨਾਲ ਆਉਂਦੇ ਨੇ ਡੀ ਈ ਏ ਆਰ ਇਹ ਕਿਹਦਾ ਬ੍ਰਾਂਡ ਆ ਇਹ ਐਸੇ ਸੰਟਿਆਗੋ ਮਾਰਟਿਨ ਦਾ ਬ੍ਰਾਂਡ ਆ ਤੁਸੀਂ ਦੇਖ ਵੀ ਸਕਦੇ ਹੋ ਸੋ ਇਸ ਕਰਕੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਲੋਟਰੀ ਨੂੰ ਇਹ ਕਿਸ ਤਰ੍ਹਾਂ ਕੰਟਰੋਲ ਕਰ ਰਿਆ ਬਲਕਿ ਬਾਹਰਲੇ ਸੂਬਿਆਂ ਨੂੰ ਇੱਥੇ ਲੋਟਰੀ ਖੇਡਣ ਦੇ ਵਿੱਚ ਜਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਵੀ ਪੰਜਾਬ ਦੀ ਜਿਹੜਾ ਲੋਟਰੀ ਦਾ ਮਾਲੀਆ ਉਹ ਲਗਾਤਾਰ ਡਿੱਗ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਜਾ ਕੇ ਇਹਨਾਂ ਨੇ ਅੰਡਰਟੇਕਿੰਗ ਦੇਤੀ ਜਾਂ ਭਰੋਸਾ ਦਿੱਤਾ ਪਰ ਕੀਤਾ ਕੁਛ ਨਹੀਂ ਮੈਨੂੰ ਯਾਦ ਆ ਜਸਟਿਸ ਜਸਦੀਤ ਸਿੰਘ ਬੇਦੀ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਤੇ ਇਹਨਾਂ ਨੇ ਇਸੇ ਜਨਵਰੀ ਦੇ ਮਹੀਨੇ 24 ਜਨਵਰੀ ਨੂੰ ਸੰਨ 2024 ਦੀ ਉਹ ਮੈਂ ਗੱਲ ਕਰ ਰਿਹਾ ਇਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿੱਤੀ ਸੀ ਕਿ ਤੁਹਾਡੇ ਜਿਹੜੇ ADGP ਲਾਅ ਐਂਡ ਆਰਡਰ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਉਹਨਾਂ ਦੀ ਡਿਊਟੀ ਲਈ ਜਾਵੇ ਔਰ ਇਸ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇ ਤਹਿਕੀਕਾਤ ਕਿਸ ਚੀਜ਼ ਦੀ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਪੇਪਰ ਲਾਟਰੀ ਆ ਉਹ ਪੇਪਰ ਲਾਟਰੀ ਆਨਲਾਈਨ ਵਿਕਦੀ ਹੈ ਜਿਹੜੀ ਕਿ ਬਿਲਕੁਲ ਗੈਰਕਾਨੂੰਨੀ ਆ ਸੰਨ 2010 ਦਾ ਇੱਕ ਲਾਟਰੀ ਰੈਗੂਲੇਸ਼ਨ ਐਕਟ ਆ ਕਾਨੂੰਨ ਆ ਉਸ ਅਨੁਸਾਰ ਉਹ ਬਿਲਕੁਲ ਗੈਰਕਾਨੂੰਨੀ ਆ ਪਰ ਹਜੇ ਵੀ ਵਿਕੀ ਜਾਂਦੀ ਆ ਕਿੰਨੇ ਲੋਕਾਂ ਨੇ ਅੱਜ ਤੱਕ ਉਹ ਸਾਰਾ ਕੁਝ ਕੀਤਾ ਹੁਣ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਸਾਈਬਰ ਕ੍ਰਾਈਮ ਦਾ ਇਥੋਂ ਦਾ ਇੱਕ ਸੈੱਲਾ ਉਹਨਾਂ ਨੇ 30-35 ਬੰਦਿਆਂ ਨੂੰ ਬੁਲਾਇਆ ਉਹਨਾਂ ਤੋਂ ਸਟੇਟਮੈਂਟਸ ਵੀ ਲੈਂਦੀਆਂ ਕਿ ਤੁਸੀਂ ਪੇਪਰ ਲਾਟਰੀ ਨੂੰ ਆਨਲਾਈਨ ਲਾਟਰੀ ਦੇ ਵਿੱਚ ਵੇਚਦੇ ਹੋ ਕਹਿੰਦੇ ਹਾਂਜੀ ਵੇਚਦੇ ਆ ਪਰ ਅਸੀਂ ਹੁਣ ਬੰਦ ਕਰਤੀ ਆ ਤੇ ਇੱਥੋਂ ਦੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੀ ਹੱਥੇ ੱਤਰ ਕੇ ਬਹਿ ਗਈ ਕਹਿੰਦੇ ਦੇਖੋ ਜੀ ਇਹਨਾਂ ਨੇ ਛੱਡਤੀ ਆ ਹੁਣ ਇਹਨਾਂ ਤੇ ਕਾਰਵਾਈ ਕੀ ਕਰਨੀ ਆ ਇਹਨਾਂ ਤੋਂ ਕੋਈ ਪੁੱਛਣ ਵਾਲਾ ਹੋਵੇ ਪੰਜਾਬ ਪੁਲਿਸ ਤੋਂ ਕਿ ਜੇ ਚੋਰ ਇਹ ਕਹਦੇ ਕਿ ਚੋਰੀ ਤਾਂ ਕੀਤੀ ਆ ਪਰ ਹੁਣ ਤੋਂ ਮੈਂ ਛੱਡਤੀ ਆ ਤੇ ਕਾਰਵਾਈ ਤੁਸੀਂ ਨਹੀਂ ਕਰੋਗੇ ਇਹ علاوہ ਤੇ ਹੁਣ ਇਸੇ ਸੈਂਟੀਆਗੋ ਮਾਰਟਿਨ ਤੋਂ ਇਲਾਵਾ ਵੀ ਤੁਹਾਨੂੰ ਦੱਸ ਦਣਾ ਕਿ ਨੈਸ਼ਨਲ ਲੈਵਲ ਤੇ ਕੀ ਕੁਛ ਹੋਇਆ ਇੱਕ ਹੋਰ ਕੰਪਨੀ ਆ ਜਿਹਦਾ ਨਾਂ ਹੈ ਮੇਗਾ ਇੰਜੀਨੀਅਰਿੰਗ ਇਨਫਰਾਸਟ੍ਰਕਚਰ ਲਿਮਿਟਿਡ ਮੇਗਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਿਟਿਡ ਉਹ ਕੰਪਨੀ ਆ ਜਿਨੇ ਖੁੱਲ ਖੁੱਲ ਕੇ ਚੰਦੇ ਦਿੱਤੇ ਆ ਪੋਲੀਟੀਕਲ ਪਾਰਟੀਆਂ ਨੂੰ ਚੰਦੇ ਦਿੱਤੇ ਆ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਇਹ ਉਹ ਕੰਪਨੀ ਆ जिने ਪਿਛਲੇ ਦਿਨਾ ਦੇ ਵਿੱਚ ਲਾਰਸਨ ਐਂਡ ਟਿਊਬ੍ਰੋ ਤੁਸੀਂ ਕੰਪਨੀ ਸੁਣੀ ਹੋਊਗੀ ਇਹਨਾਂ ਵਿਅਕਤੀਆਂ ਨੂੰ ਤਮਾਮ ਤਰ੍ਹਾਂ ਦੇ ਭਾਰਤ ਸਰਕਾਰ ਵੱਲੋਂ ਠੇਕੇ ਵੀ ਦਿੱਤੇ ਗਏ ਆ ਔਰ ਇਸ ਸਾਰੇ ਖੁਲਾਸੇ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਹੋਇਆ ਉਹਦੇ ਵਿੱਚ 900 ਕਰੋੜ ਤੋਂ ਵਿਵਾਦ ਮੈਗਾ ਇੰਟਰਪ੍ਰਾਈਜ਼ਸ ਨੇ ਜਾਂ ਮੈਗਾ ਇੰਜੀਨੀਅਰਿੰਗ ਕੰਪਨੀ ਨੇ ਇਹ ਸਾਰੇ ਪੈਸੇ ਚੰਦੇ ਦੇ ਰੂਪ ਦੇ ਵਿੱਚ ਵੱਖਰੀਆਂ ਵੱਖਰੀਆਂ ਪੋਲੀਟੀਕਲ ਪਾਰਟੀਆਂ ਨੂੰ ਦਿੱਤੇ ਆ ਤੇ ਉਸ ਦੇ ਏਜੰਟਸ ਦੇ ਵਿੱਚ ਇਹਨੂੰ ਤਮਾਮ ਤਰ੍ਹਾਂ ਦੇ ਠੇਕੇ ਮਿਲੇ ਆ ਇੱਕ ਠੇਕਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਨਾ ਮਹਾਰਾਸ਼ਟਰ ਦੇ ਵਿੱਚ ਮੁੰਬਈ ਦੇ ਵਿੱਚ ਥਾਣੇ ਤੋਂ ਲੈ ਕੇ ਬੋਰੀਵੇਲੀ ਤੱਕ ਇੱਕ ਟਨਲ ਬਣ ਰਹੀ ਆ ਬਲਕਿ ਡਬਲ ਟਨਲ ਬਣ ਰਹੀ ਆ ਉਸ ਦਾ ਠੇਕਾ ਵੀ ਇਸ ਕੰਪਨੀ ਨੂੰ ਯਾਨੀ ਕਿ ਮੈਗਾ ਇੰਜੀਨੀਅਰਿੰਗ ਵਾਲੀ ਕੰਪਨੀ ਨੂੰ ਗਿਆ ਤੁਸੀਂ ਇਹ ਸਮਝ ਸਕਦੇ ਹੋ ਜਿਹੜਾ ਅਸੀਂ ਗੱਲ ਕਹਿੰਦੇ ਆ ਕੁਇਡ ਪ੍ਰੋ ਕੋ ਜੇ ਤੁਸੀਂ ਕਿਸੇ ਨੂੰ ਚੰਦਾ ਦਿੰਦੇ ਹੋ ਤੇ ਉਸਦੇ ਏਵਲਸ ਦੇ ਵਿੱਚ ਤੁਹਾਨੂੰ ਕੀ ਲਾਭ ਪ੍ਰਾਪਤ ਹੁੰਦੇ ਨੇ ਕੀ ਬੈਨੀਫਿਟਸ ਮਿਲਦੇ ਆ ਤੁਸੀਂ ਇਸ ਗੱਲ ਤੋਂ ਦੇਖ ਸਕਦੇ ਹੋ ਵੈਸੇ ਮੈਂ ਤੁਹਾਨੂੰ ਇੱਕ ਹੋਰ ਵੀ ਉਦਾਹਰਨ ਦੇਣਾ ਚਾਹੁੰਦਾ ਇਹ ਜਿਹੜੀਆਂ ਕੰਪਨੀਆਂ ਤੁਸੀਂ ਦੇਖੀਆਂ ਹੋਣੀਆਂ ਇਹਦੇ ਵਿੱਚ ਤੁਹਾਨੂੰ ਗੌਤਮ ਅਡਾਨੀ ਦੀ ਕੰਪਨੀ ਕਿਤੇ ਨਜ਼ਰ ਨਹੀਂ ਆਉਂਦੀ ਹੋਣੀ ਨਾ ਹੀ ਤੁਹਾਨੂੰ ਮੁਕੇਸ਼ ਅੰਬਾਨੀ ਦੇ ਸਿੱਧੇ ਨਾ ਨਜ਼ਰ ਆ ਰਹੇ ਹੋਣੇ ਆ ਹੁਣ ਪਤਾ ਇਹ ਲੱਗ ਰਿਹਾ ਕਿ ਇਹਨਾਂ ਨੇ ਆਪਣੀਆਂ ਕੋਈ ਫਰੰਟਲ ਕੰਪਨੀਆਂ ਬਣਾਈਆਂ ਜਾਂ ਹੋਰ ਵੀ ਵਿਅਕਤੀਆਂ ਨੇ ਹੋ ਸਕਦਾ ਇਹਨਾਂ ਦੇ ਨਾਂ ਉੱਥੇ ਨਾ ਹੋਣ ਪਰ ਕਈ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਹੋਰ ਕੋਈ ਕੰਪਨੀਆਂ ਦੇ ਨਾਮ ਤੇ ਚੰਦੇ ਦਿੱਤੇ ਆ ਹੁਣ ਮੁਕੇਸ਼ ਅੰਬਾਨੀ ਦੀ ਇੱਕ ਕੰਪਨੀ ਆ ਕੁਇਕ ਸਪਲਾਈ ਚੇਨ ਪ੍ਰਾਈਵੇਟ ਲਿਮਿਟਿਡ ਹੁਣ ਕਵਿਕ ਸਪਲਾਈ ਚੇਨ ਪ੍ਰਾਈਵੇਟ ਲਿਮਿਟਿਡ ਬਾਤ ਜੇ ਤੁਸੀਂ Google ਤੇ ਸਰਚ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਇਹ ਤਾਂ ਮੁਕੇਸ਼ ਅੰਬਾਨੀ ਦੀ ਆ ਔਰ ਇਸ ਨੇ 410 ਕਰੋੜ ਰੁਪਏ ਦਿੱਤਾ ਪਰ ਤੁਹਾਨੂੰ ਮੁਕੇਸ਼ ਅੰਬਾਨੀ ਦਾ ਨਾਮ ਨਹੀਂ ਨਜ਼ਰ ਆਊਗਾ ਪਰ ਬਾਅਦ ਪਤਾ ਲੱਗੂਗਾ ਕਿ ਇਹਦੀ ਤਾਂ ਪੇਰੈਂਟ ਕੰਪਨੀ ਉਹੀ ਆ ਇਸੇ ਤਰ੍ਹਾਂ ਗੌਤਮ ਅਡਾਨੀ ਨੇ ਕਿੰਨੇ ਪੈਸੇ ਦਿੱਤੇ ਕਿਉਂਕਿ ਹਜੇ ਤੱਕ ਇਸ ਕੰਪਨੀ ਦਾ ਜਿਹੜੀ ਇਹਦੀ ਫਰੰਟਲ ਕੰਪਨੀ ਆ ਉਹਦਾ ਹਜੇ ਤੱਕ ਨਾਮ ਨਹੀਂ ਨਜ਼ਰ ਆਇਆ ਇਸ ਤੋਂ ਇਲਾਵਾ ਤੁਸੀਂ ਇੱਕ ਮੈਂ ਤੁਹਾਨੂੰ ਹੋਰ ਉਦਾਹਰਣ ਦੇਣਾ ਚਾਹਨਾ ਸਾਇਰਸ ਐਸ ਪੁਨਾ ਵਾਲਾ ਨੇ ਤੁਸੀਂ ਯਾਦ ਕਰੋ سیرਮ ਇੰਸਟੀਚੂਟ ਆ ਜਿਨੇ ਕੋਵਿਡ 19 ਦੀ ਵੈਕਸੀਨ ਬਣਾਈ ਸੀ ਭਾਰਤ ਦੇ ਵਿੱਚ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਵੈਕਸੀਨ ਬਣੀ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦੀ ਲੈਬਾਰਟਰੀ ਪੁਨੇ ਸਥਿਤ ਲੈਬਾਰਟਰੀ ਆ ਉਥੇ ਗਏ ਵੀ ਸੀ ਔਰ ਇਸ ਵਿਅਕਤੀ ਤੋਂ ਜੋ ਮੁੱਢਲੀ ਜਾਣਕਾਰੀ ਆਈ ਹੈ ਇਹਨਾਂ ਨੇ ਵੀ 50 ਕਰੋੜ ਤੋਂ ਵੱਧ ਚੰਦਾ ਦਿੱਤਾ ਕਿਤੇ ਇਹ ਤਾਂ ਨਹੀਂ ਹੈ ਕਿ ਚੰਦਾ ਦੋ ਤੇ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਦੇ ਨਾਲ ਨੇੜਤਾ ਪਾਓ ਹੋ ਸਕਦਾ ਹੈ ਇਸ ਤਰ੍ਹਾਂ ਦੀ ਵੀ ਗੱਲ ਕਿਉਂਕਿ ਜਿੰਨੀ ਦੇਰ ਤੱਕ ਇਹ ਸਾਰੇ ਖੁਲਾਸੇ ਨਹੀਂ ਹੁੰਦੇ ਜਾਂ ਇਹਦੀ ਪ੍ਰੋਪਰ ਤਹਿਕੀਕਾਤ ਨਹੀਂ ਹੁੰਦੀ ਤਫਤੀਸ਼ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਚੀਜ਼ਾਂ ਸਾਹਮਣੇ ਨਹੀਂ ਆਉਣੀਆਂ ਵੈਸੇ ਤੁਸੀਂ ਇੱਕ ਚੀਜ਼ ਦੇਖੋ ਘਟਾਲੇ ਹੁੰਦੇ ਨੇ ਸਕੈਮ ਹੁੰਦੇ ਨੇ ਤੇ ਸਾਨੂੰ ਲੱਗਦਾ ਕੁਛ ਨਾ ਕੁਛ ਗੈਰਕਾਨੂੰਨੀ ਹੋ ਰਿਹਾ ਹੈ ਪਰ ਇੱਥੇ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਗਿਆ ਉਹਨੂੰ ਇਸ ਤਰ੍ਹਾਂ ਫਾਰਮੂਲਾਈਜ਼ ਕਰਤਾ ਉਹਦੇ ਵਿੱਚ ਬੈਂਕ ਨੂੰ ਵੀ ਰਖਤਾ ਉਹਦੇ ਵਿੱਚ ਕਾਨੂੰਨ ਵੀ ਬਣਾਤਾ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਔਰ ਸਾਨੂੰ ਇਹ ਦੱਸਿਆ ਗਿਆ ਕਿ ਦੇਖੋ ਇਹ ਤਾਂ ਪਾਰਦਰਸ਼ੀ ਬਹੁਤ ਆ ਬਹੁਤ ਟਰਾਂਸਪੇਰੈਂਟ ਆ ਕੌਣ ਕਿੰਨਾ ਪੈਸਾ ਕਿਸ ਪਾਰਟੀ ਨੂੰ ਦੇਊਗਾ ਜਦੋਂ ਉਹਨੇ ਦੇਣਾ ਹੀ ਬੈਂਕ ਦੇ ਥਰੂ ਆ ਤੇ ਉਹ ਤਾਂ ਕਾਲਾ ਧੰਦਾ ਕਰ ਹੀ ਨਹੀਂ ਸਕਦਾ ਕਾਲਾ ਧੰਨ ਇੱਥੇ ਲਿਆ ਹੀ ਨਹੀਂ ਸਕਦਾ ਪਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਿਸਟਮ ਬਣਾ ਕੇ ਬਿਲਕੁਲ ਉਹਨੂੰ ਬੰਦ ਕਰ ਦੋਗੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਗੇ ਨਹੀਂ ਔਰ ਹਰ ਸੰਭਵ ਕੋਸ਼ਿਸ਼ ਕਰੋਗੇ ਹੁਣ ਤੁਸੀਂ ਦੇਖੋ ਭਾਰਤ ਸਰਕਾਰ ਨੇ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦੀ ਕੋਸ਼ਿਸ਼ ਛੱਡੀ ਹੋਵੇ ਮਹਿੰਗੇ ਤੋਂ ਮਹਿੰਗਾ ਵਕੀਲ ਕਰਕੇ ਦਿੱਤਾ ਗਿਆ ਸਟੇਟ ਬੈਂਕ ਆਫ ਇੰਡੀਆ ਨੂੰ बार-बार ਸੁਪਰੀਮ ਕੋਰਟ ਦੇ ਵਿੱਚ ਗੁਹਾਰ ਲਾਈ ਗਈ ਕਿ ਸਾਨੂੰ 30 ਜੂਨ ਤੱਕ ਦਾ ਸਮਾਂ ਦੇ ਦਿਓ ਸਾਢੇ 3 ਮਹੀਨੇ ਦੇ ਦਿਓ ਸਾਨੂੰ ਅਸੀਂ ਫੇਰ ਜਾਣਕਾਰੀ ਦੇਣੀ ਹੈ ਤੇ ਜਦੋਂ ਡੰਡਾ ਪਿਆ ਤੇ ਫੇਰ ਤਾਂ ਇਹ 2 ਦਿਨਾਂ ਚ ਦੇ ਆਏ ਮੈਨੂੰ ਤਾਂ ਲੱਗਦਾ ਸੀ ਸੁਪਰੀਮ ਕੋਰਟ ਨੂੰ ਇਹਨਾਂ SBI ਦੇ ਸਟੇਟ ਬੈਂਕ ਆਫ ਇੰਡੀਆ ਦੇ ਅਫਸਰਾਂ ਨੂੰ ਫੜ ਕੇ ਉੱਥੇ ਬਿਠਾ ਲੈਣਾ ਚਾਹੀਦਾ ਸੀ ਬਲਕਿ ਇਹਨਾਂ ਨੂੰ ਜੇਲ੍ਹ ਚ ਬੰਦ ਕਰ ਦੇਣਾ ਚਾਹੀਦਾ ਸੀ ਕਿਉਂਕਿ ਇਹ ਸੁਪਰੀਮ ਕੋਰਟ ਦੇ ਨਾਲ ਝੂਠ ਬੋਲ ਰਹੇ ਸੀ ਕਿਉਂ ਕਹਿ ਰਹੇ ਸੀ ਕਿ ਅਸੀਂ ਇੰਨੀ ਦੇਰ ਤੱਕ ਜਾਣਕਾਰੀ ਨਹੀਂ ਦੇ ਸਕਦੇ ਕਿਉਂ ਸਮਾਂ ਮੰਗ ਰਹੇ ਸੀ ਜਿਹੜੀ ਜਾਣਕਾਰੀ ਤੁਸੀਂ ਕੇਵਲ 2 ਦਿਨਾਂ ਚ ਲਿਆ ਸਕਦੇ ਹੋ ਉਹਦੇ ਲਈ ਤੁਸੀਂ ਸਾਢੇ 3 ਮਹੀਨੇ ਕਿਉਂ ਮੰਗ ਰਹੇ ਸੀ ਇਸ ਗੱਲ ਦਾ ਜਵਾਬ ਮੈਨੂੰ ਲੱਗਾ ਸੁਪਰੀਮ ਕੋਰਟ ਨੂੰ ਇਹਨਾਂ ਤੋਂ ਲੈਣਾ ਚਾਹੀਦਾ ਪਰ ਠੀਕ ਆ ਹੁਣ ਇਹ ਜਿਹੜਾ ਸੀਕ੍ਰੇਟ ਨੰਬਰ ਆ ਜਿਸ ਨੂੰ ਆਪਾਂ ਅਲਫਾਨਮੈਰਿਕ ਕੋਡ ਕਹਿੰਨੇ ਆ ਜਿਹੜਾ ਕਿ ਹਰੇਕ ਬੌਂਡ ਤੇ ਪਿਆ ਹੋਇਆ ਜਿੰਨੀ ਦੇਰ ਤੱਕ ਉਹਦੀ ਮੈਚਿੰਗ ਨਹੀਂ ਹੁੰਦੀ ਉਹ ਮੈਚਿੰਗ ਤਾਂ ਹੋਊਗੀ ਕਿ ਕਿਸ ਵਿਅਕਤੀ ਨੇ ਕਿਸ ਕੰਪਨੀ ਨੇ ਕਿਸ ਵੱਡੇ ਘਰਾਣੇ ਨੇ ਕਦੋਂ ਪੈਸਾ ਦਿੱਤਾ ਇਲੈਕਟਰਲ ਬੌਂਡ ਦੇ ਸ਼ੇਪ ਦੇ ਵਿੱਚ ਕਦੋਂ ਉਸ ਪਾਰਟੀ ਕੋਲੇ ਗਿਆ ਤੇ ਕਦੋਂ ਉਹਨੇ ਇਸ ਦਾ ਕੈਸ਼ ਕਰਵਾਇਆ ਕਿਉਂਕਿ 15 ਦਿਨਾਂ ਦਾ ਸਮਾਂ ਹੁੰਦਾ ਕੈਸ਼ ਕਰਵਾਉਣ ਦਾ ਉਦੋਂ ਜਦੋਂ ਕੋਡ ਮੈਚ ਹੋਊਗਾ ਤੇ ਫੇਰ ਹੀ ਸਾਨੂੰ ਸਾਰਾ ਕੁਝ ਪਤਾ ਲੱਗੂਗਾ ਪਰ ਮੈਨੂੰ ਲੱਗਦਾ ਇਸ ਚੀਜ਼ ਨੇ ਭਾਰਤੀ ਜਨਤਾ ਪਾਰਟੀ ਨੂੰ ਹਿਲਾ ਕੇ ਰੱਖਤਾ ਹੈ ਕਿਉਂਕਿ ਇਹਨਾਂ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਸੁਪਰੀਮ ਕੋਰਟ ਇੰਨਾ ਸਖਤ ਹੋ ਜਾਊਗਾ ਔਰ SBI ਨੂੰ ਯਾਨੀ ਕਿ ਸਟੇਟ ਬੈਂਕ ਆਫ ਇੰਡੀਆ ਨੂੰ ਵੀ ਡਾਇਰੈਕਸ਼ਨ ਜਾਊਗੀ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿ ਜਾਊਗਾ ਕਿ ਤੁਸੀਂ ਸਾਰਾ ਕੁਝ ਵੈਬਸਾਈਟ ਤੇ ਪਾਓ ਵੈਸੇ ਇਸ ਸਕੀਮ ਹੁਣ ਰੋਕ ਦਿੱਤੀ ਗਈ ਹੈ ਔਰ ਇਥੋਂ ਤੱਕ ਰੋਕ ਦਿੱਤੀ ਗਈ ਹੈ ਇਹ ਕਹਿ ਕੇ ਰੋਕ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਕਿ ਤੁਸੀਂ ਜੋ ਕੁਝ ਕਰ ਰਹੇ ਸੀ ਇਹ ਚੰਦੇ ਲੈ ਰਹੇ ਸੀ ਜਿਸ ਸਿਸਟਮ ਦੇ ਨਾਲ ਉਹ ਸਾਰਾ ਕੁਝ ਗੈਰ ਸੰਵਿਧਾਨਿਕ ਸੀ ਗੈਰ ਕਾਨੂੰਨੀ ਸੀ ਤੇ ਫਿਰ ਇਹਨਾਂ ਸਾਰਿਆਂ ਤੇ ਕੇਸ ਕਿਉਂ ਨਹੀਂ ਚੱਲਣੇ ਚਾਹੀਦੇ ਜੇ ਗੈਰ ਕਾਨੂੰਨੀ ਢੰਗ ਦੇ ਨਾਲ ਜੇ ਸਰਕਾਰਾਂ ਪੈਸੇ ਇਕੱਠੇ ਕਰ ਰਹੀਆਂ ਜਾਂ ਪੋਲੀਟੀਕਲ ਪਾਰਟੀਆਂ ਪੈਸੇ ਇਕੱਠੇ ਕਰ ਰਹੀਆਂ ਜਦੋਂ ਇੱਕ ਆਮ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਂਦਾ ਤੇ ਪੋਲੀਟੀਕਲ ਪਾਰਟੀਆਂ ਨੂੰ ਕਿਉਂ ਬਖਸ਼ਿਆ ਜਾਣਾ ਚਾਹੀਦਾ ਇਹਨਾਂ ਤੇ ਗਾਜ ਕਿਉਂ ਨਹੀਂ ਡਿੱਗਣੀ ਚਾਹੀਦੀ ਇਹ ਸਾਰਾ ਸਮਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਹੋਰ ਸਾਨੂੰ ਕੰਪਨੀਆਂ ਦਾ ਪਤਾ ਲੱਗੂਗਾ ਪਰ ਨਾਲ ਦੀ ਨਾਲ ਅੱਜ ਇੱਕ ਗੱਲ ਹੋਰ ਆ ਪੰਜਾਬ ਸਰਕਾਰ ਜਿਹੜੇ ਲੋਟਰੀ ਦਾ ਬਿਜ਼ਨਸ ਇਸ ਬੰਦੇ ਦੇ ਥਰੂ ਚਲਾਉਂਦੀ ਆ ਜਿਹਦਾ ਨਾਮ ਸੰਟਿਆਗੋ ਮਾਰਟੀਨਾ ਇਸ ਦੇ ਖਿਲਾਫ ਵੀ ਤਾਂ ਕੋਈ ਤਫਤੀਸ਼ ਕਰਾ ਲੋ ਪਤਾ ਤੱਕਰਾਓ ਕਿ ਤੁਹਾਡੇ ਮਹਿਕਮੇ ਇਸ ਵਿਅਕਤੀ ਤੋਂ ਚੰਗਾ ਮਾਲੀਆ ਕਿਉਂ ਨਹੀਂ ਕਰਵਾ پا ਰਹੇ ਜਾਂ ਉਸ ਤੋਂ ਇਕੱਠਾ ਕਿਉਂ ਨਹੀਂ ਕਰ پا ਰਹੇ ਤੇ ਘੱਟੋ ਘੱਟ ਉਹ ਕਿਹੜੇ ਵਿਅਕਤੀ ਨੇ ਕਿਹੜੇ ਅਫਸਰ ਨੇ ਜਿਹੜੇ ਤੁਹਾਨੂੰ ਰੈਵਨਿਊ ਕਮਾਉਣ ਨਹੀਂ ਦੇ ਰਹੇ ਤੇ ਸਮਾਂ ਹੋ ਗਿਆ ਹੁਣ ਅੱਜ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਬੀਤੇ ਕੱਲ ਦੇ ਪ੍ਰੋਗਰਾਮ ਲਈ ਸਾਨੂੰ ਭੇਜੇ ਨੇ ਸਭ ਤੋਂ ਪਹਿਲਾ ਕਮੈਂਟ ਹੈ ਐਸਐਸ ਢਿੱਲੋਂ 78 ਇਹਨਾਂ ਦਾ ਅਕਾਊਂਟ ਨੰਬਰ ਆ ਇਹਨਾਂ ਨੇ ਮੈਨੂੰ ਸੰਬੋਧਨ ਕੀਤਾ ਸਤਿ ਸ੍ਰੀ ਅਕਾਲ ਬੁਲਾਈਆ ਤੇ ਨਾਲ ਹੀ ਲਿਖਿਆ ਕਿ ਤੁਹਾਡਾ ਪ੍ਰੋਗਰਾਮ ਵੇਖਣ ਦਾ ਵੱਖਰਾ ਹੀ ਸਵਾਦ ਹੈ ਇੱਕ ਬੇਨਤੀ ਹੈ ਪ੍ਰੋਗਰਾਮ ਦਾ ਸਮਾਂ 1 ਘੰਟਾ ਕਰੋ ਤੇ ਇੱਕ ਸਮਾਂ ਨਿਸ਼ਚਿਤ ਕਰੋ ਦੇਖੋ ਦੋ ਰਿਕਵੈਸਟ ਨੇ ਤੁਹਾਡੀਆਂ ਪਹਿਲੀ ਰਿਕਵੈਸਟ ਹੈ ਕਿ ਇਸ ਸਮੇਂ ਨੂੰ 1 ਘੰਟੇ ਦਾ ਕਰੋ ਇਸ ਪ੍ਰੋਗਰਾਮ ਨੂੰ ਯਾਨੀ ਕਿ ਇਸ ਦਾ ਸਮਾਂ ਵਧਾਇਆ ਜਾਵੇ ਬਹੁਤ ਸਾਰੀਆਂ ਸਾਨੂੰ ਰਿਕਵੈਸਟ ਇਦਾਂ ਦੀ ਵੀ ਆਉਂਦੀਆਂ ਨੇ ਬੇਨਤੀਆਂ ਆਉਂਦੀਆਂ ਨੇ ਕਿ ਤੁਸੀਂ ਪ੍ਰੋਗਰਾਮ ਇੰਨਾ ਵੱਡਾ ਕਿਉਂ ਕਰਦੇ ਹੋ ਛੋਟਾ ਕਰ ਦਿਓ ਤੇ ਸਾਡੀ ਉਹਨਾਂ ਨੂੰ ਇਹੀ ਅਪੀਲ ਹੁੰਦੀ ਆ ਕਿ ਜਿੰਨਾਕ ਤੁਹਾਨੂੰ ਚੰਗਾ ਲੱਗਦਾ ਉਹਨਾਂ ਦੇਖ ਲਓ ਸੋ ਇਸ ਉੱਤੇ ਕੋਈ ਅਸੀਂ ਆਪਣੀ رائے ਦੇਈਏ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਾਰਿਆਂ ਦੀ ਕਲੈਕਟਿਵ رائے ਬਣਾਵਾਂਗੇ ਕਿ ਕਿੰਨਾ ਕੁ ਵੱਡਾ ਜਾਂ ਛੋਟਾ ਹੋਣਾ ਚਾਹੀਦਾ ਪਰ ਜਿਹੜਾ ਤੁਹਾਡਾ ਦੂਸਰਾ ਦੂਸਰਾ ਸਵਾਲ ਆ ਬਲਕਿ ਉਹ ਰਿਕੁਐਸਟ ਆ ਕਿ ਤੁਸੀਂ ਸਾਨੂੰ ਇਹ ਕਹੇ ਕਿ ਇੱਕ ਸਮਾਂ ਨਿਸ਼ਚਿਤ ਕਰੋ ਕਈ ਵਾਰੀ ਕੀ ਹੁੰਦਾ ਕਿ ਕੋਈ ਸਟੋਰੀ ਹੁੰਦੀ ਹੈ ਨਿਊਜ਼ ਬਹੁਤ ਇੰਪੋਰਟੈਂਟ ਹੁੰਦੀ ਆ ਉਹ ਹਜੇ ਡਿਵੈਲਪ ਹੋ ਰਹੀ ਹੁੰਦੀ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਜਾਣਕਾਰੀਆਂ ਆਉਣੀਆਂ ਹੁੰਦੀਆਂ ਨੇ ਸੂਚਨਾਵਾਂ ਆਉਣੀਆਂ ਹੁੰਦੀਆਂ ਨੇ ਸੋ ਸਾਨੂੰ ਉਹਨਾਂ ਸੂਚਨਾਵਾਂ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਲਈ ਕੁਝ ਸਮਾਂ ਚਾਹੀਦਾ ਕਈ ਵਾਰੀ ਸਾਡੇ ਪ੍ਰੋਗਰਾਮ ਥੋੜੇ ਪਹਿਲਾਂ ਵੀ ਆ ਜਾਂਦੇ ਤੇ ਕਈ ਵਾਰੀ ਕੁਝ ਲੇਟ ਵੀ ਆਉਂਦੇ ਆ ਸੋ ਇਹੀ ਕਾਰਨ ਹੁੰਦਾ ਕਿ ਕੁਝ ਜਿਹੜੀਆਂ ਸੂਚਨਾਵਾਂ ਹੁੰਦੀਆਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣਾ ਹੁੰਦਾ ਕਿ ਉਹ ਕਿੰਨੀਆਂ ਕਿ ਠੀਕ ਨੇ ਫੈਕਚੁਅਲ ਨੇ ਤੁਹਾਨੂੰ ਦੇਣੀਆਂ ਚਾਹੀਦੀਆਂ ਵੀ ਕਿ ਨਹੀਂ ਦੇਣੀਆਂ ਚਾਹੀਦੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਜਦੋਂ ਛਾਣ-ਬੀਣ ਕਰਦੇ ਆਂ ਤੇ ਇਸ ਦੌਰਾਨ ਸਮਾਂ ਕਈ ਵਾਰੀ ਵੱਧ ਲੱਗ ਜਾਂਦਾ ਤੇ ਅਗਲਾ ਕਮੈਂਟ ਹੈ ਨਸੀਮ احمد 619 ਦਾ ਨਸੀਮ احمد ਜੀ ਲਿਖਦੇ ਆਂ ਕਹਿੰਦੇ ਸलाम ਪੇਸ਼ ਕਰਤੇ ਆਂ ਹਮ ਐਸੇ ਖੂਬਸੂਰਤ ਲੋਕੋ ਕੋ ਹਮ ਇਹ ਵੀ ਜਾਣਤੇ ਹੈ ਕਿ ਪੰਜਾਬੀ ਲੋਕ ਬੜੇ ਦਿਲ ਵਾਲੇ ਲੋਕ ਹੁੰਦੇ ਹੈ ਪੂਰੀ ਦੁਨੀਆ ਜਾਣਦੀ ਹੈ ਚੈਨਲ ਵਾਲੋ ਕਾ ਵੀ ਮੈਂ ਸ਼ੁਕਰੀਆ ਅਦਾ ਕਰਤਾ ਹੂੰ ਵੈਸੇ ਮੈਨੂੰ ਲੱਗਦਾ ਤੁਸੀਂ ਸਾਡੇ ਬੀਤੇ ਕੱਲ ਦੇ ਉਸ ਪ੍ਰੋਗਰਾਮ ਲਈ ਗੱਲ ਕਰ ਰਹੇ ਹੋ ਜਿਸ ਵਿੱਚ ਅਸੀਂ ਭਾਈਚਾਰਕ ਸਾਂਝ ਦੀ ਗੱਲ ਕੀਤੀ ਸੀ ਔਰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਵਾਂਗੇ ਔਰ ਤੁਹਾਡੇ ਇਸ ਤਰ੍ਹਾਂ ਦੇ ਕਮੈਂਟਸ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਆ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਅਗਲਾ ਕਮੈਂਟ ਹੈ ਸੁਕੰਨਿਆ ਭਾਰਤਵਾਜ 3850 ਇਹਨਾਂ ਦਾ ਲੰਬਾ ਚੌੜਾ ਹੈ ਇਹਨਾਂ ਨੇ ਕਾਫੀ ਲੰਬਾ ਚੌੜਾ ਕਮੈਂਟ ਆ ਤੇ ਇਹਨਾਂ ਨੇ ਮੈਨੂੰ ਲਿਖਿਆ ਵੀਰੇ ਇਹ ਪਿਛਲੇ ਸਾਲਾਂ ਤੋਂ ਹਿੰਦੂ ਸਿੱਖ ਅਤੇ ਧਾਰਮਿਕ ਸਥਾਨਾਂ ਵਿੱਚ ਮੁਸਲਿਮ ਭਾਈਚਾਰੇ ਨੂੰ ਇਫਤਾਰ ਦਿੰਦੇ ਸਨ ਜਿਸ ਦੀ ਪਹਿਲ ਕਦਮੀ ਸਿੱਖ ਭਾਈਚਾਰੇ ਨੇ ਸ਼ੁਰੂ ਕੀਤੀ ਸੀ ਈਤ ਫਿਰ ਇਹ ਸਾਰੇ ਈਦ ਮੁਬਾਰਕ ਕਹਿ ਲਈ ਮੁਸਲਿਮ ਵੀਰਾਂ ਨੂੰ ਮੁਬਾਰਕ ਦੇਣ ਜਾਂਦੇ ਸੀ ਮਲੇਰ ਕੋਟਲੇ ਵਿੱਚ ਵੀ ਇਹ ਸਦਭਾਵਨਾ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਆ ਨਵਾਬ ਮਲੇਰ ਕੋਟਲਾ ਜਿਸ ਨੇ ਛੋਟੇ ਸਭ ਜਦਿਆਂ ਦੀ ਸ਼ਹਾਦਤ ਸਮੇਂ ਹਾ ਦਾ ਨਾਰਾ ਮਾਰਿਆ ਸੀ ਤੇ ਵੰਸ਼ ਦੀ ਇੱਕ ਬੀਬੀ ਬੜੀ ਮਾੜੀ ਹਾਲਤ ਵਿੱਚ ਰਹਿ ਰਹੀ ਸੀ ਉਸ ਦੀ ਰਹਿਸ਼ਗਾਹ ਦੀ ਮੁਰੰਮਤ ਕਰਵਾਈ ਅਤੇ ਆਰਥਿਕ ਮਦਦ ਵੀ ਕੀਤੀ ਬਹੁਤ अहम ਜਾਣਕਾਰੀ ਤੁਸੀਂ ਦਿੱਤੀ ਔਰ ਬੜੇ ਵਿਸਤਾਰ ਦੇ ਨਾਲ ਦਿੱਤੀ ਔਰ ਸਾਡੀ ਇਹ ਇੱਛਾ ਕਿ ਇਹ ਜਾਣਕਾਰੀ ਤੁਹਾਡੀ ਸਬਤਕ ਪਹੁੰਚੇ ਔਰ ਜਿਹੜੀ ਸਾਡੀ ਸਦਭਾਵਨਾ ਜਾਂ ਆਪਸੀ ਭਾਈਚਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇ ਅਗਲਾ ਕਮੈਂਟ ਹੈ ਰਮੇਸ਼ ਕੁਮਾਰ ਦਾ ਇਹਨਾਂ ਨੇ ਸਾਨੂੰ ਹਿੰਦੀ 'ਚ ਲਿਖਿਆ ਕਿ ਜਿਸ ਪੱਤਰਕਾਰ ਦਾ ਜ਼ਮੀਰ ਜ਼ਿੰਦਾ ਹੈ ਉਸ ਦਾ ਚੈਨਲ ਜ਼ਿੰਦਾ ਹੈ ਅਸੀਂ ਇਸ ਗੱਲ ਨਾਲ ਬਿਲਕੁਲ ਇਤفاق ਰੱਖਦੇ ਆ ਕਿ ਜਿਸ ਦੀ ਜ਼ਮੀਰ ਜ਼ਿੰਦਾ ਔਰ ਕੱਲੇ ਪੱਤਰਕਾਰੀ ਦੇ ਵਿੱਚ ਨਹੀਂ ਕਿਸੇ ਵੀ ਨੌਕਰੀ ਪੇਸ਼ੇ ਦੇ ਵਿੱਚ ਕਿਸੇ ਵੀ ਧੰਦੇ ਦੇ ਵਿੱਚ ਚਾਹੇ ਉਹ ਬਿਜ਼ਨਸ ਕਰਦੇ ਨੇ ਚਾਹੇ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਨੇ ਜਾਂ ਆਮ ਜ਼ਿੰਦਗੀ گزار ਰਹੇ ਨੇ ਜਿਸ ਦੀ ਜ਼ਮੀਰ ਜ਼ਿੰਦਾ ਉਹ ਹਰ ਕਿਤੇ ਜ਼ਿੰਦਾ ਤੇ ਉਹਦਾ ਚੈਨਲ ਵੀ ਜ਼ਿੰਦਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ